ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੱਲ੍ਹ ਮੈਂ ਕੰਮ 'ਤੇ ਸੀਗਾ ਅਤੇ ਮੈਂ ਇੱਕ ਵੀਡੀਓ ਦੇ ਕਮੈਂਟ ਦੇਖਿਆ ਸੀਗਾ ਆਪਦੀ, ਦੇ ਬਾਈ ਦਾ ਕਮੈਂਟ ਆਇਆ ਸੀ। ਉਹਨੇ ਮੈਨੂੰ ਮੈਸੇਜ ਕੀਤਾ ਸੀਗਾ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ, ਅਤੇ ਮੈਨੂੰ ਪਤਾ ਨਹੀਂ ਲੱਗਿਆ ਕਿਉਂਕਿ ਮੈਸੇਜ ਕਾਫੀ ਆਉਂਦੇ, ਕਈ ਵਾਰੀ ਨੀਚੇ ਚਲਾ ਜਾਂਦਾ ਮੈਸੇਜ, ਸੋ ਪੜ੍ਹ ਨਹੀਂ ਹੁੰਦੇ ਸਾਰੇ ਮੈਸੇਜ। ਮੈਂ ਕੱਲ੍ਹ ਕਮੈਂਟ ਪੜ੍ਹਿਆ ਸੀ ਬਾਈ ਦਾ, ਅਤੇ ਮੈਂ ਬਾਈ ਨੂੰ ਕਿਹਾ ਸੀ ਬਾਈ ਮੈਨੂੰ ਦੁਬਾਰਾ ਮੈਸੇਜ ਕਰ, ਅਤੇ ਬਾਈ ਨੇ ਮੈਨੂੰ ਦੁਬਾਰਾ ਮੈਸੇਜ ਕੀਤਾ ਸੀ। ਵੀਰੇ ਦਾ ਨਾਮ ਕਰਨ, ਉਹਨਾਂ ਦੇ ਮਦਰ ਨੂੰ ਕੈਂਸਰ ਆ, ਕੋਲ ਪੈਸੇ ਹੈ ਨਹੀਂ ਗੇ ਇਲਾਜ ਕਰਾਉਣ ਵਾਸਤੇ। ਮੈਂ ਸਵੇਰੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀਰੇ ਸਵੇਰੇ ਉੱਠ ਕੇ ਕਰਦਾ ਮੈਂ ਗੱਲ ਤੁਹਾਡੇ ਨਾਲ, ਮੈਂ ਨੰਬਰ ਲੈ ਲਿਆ ਸੀਗਾ ਉਹਨਾਂ ਦਾ, ਆਹ ਬਾਈ ਦੀ ਆਈਡੀ ਆ। ਐਂਡ ਆਹ ਬਾਈ ਦਾ ਮੈਨੂੰ ਪਹਿਲਾਂ ਵੀ ਮੈਸੇਜ ਆਇਆ ਸੀਗਾ ਯਾਰ, ਸੋਰੀ ਯਾਰ ਵੀਰੇ ਮੈਨੂੰ ਨਹੀਂ ਪਤਾ ਲੱਗਿਆ, ਹੈ ਨਾ, ਮਾਫੀ ਚਾਹੁੰਦਾ। ਅਤੇ ਆਹ ਵੀਰੇ ਦੇ ਮਦਰ ਆ ਜਿਨ੍ਹਾਂ ਨੂੰ ਕੈਂਸਰ ਹੋਇਆ ਵਾ। ਬਾਈ ਨੂੰ ਕਾਲ ਕਰਦਾ ਮੈਂ, ਵੀਰਾ ਕੋਟਪੁਰੇ ਦਾ ਰਹਿਣ ਵਾਲਾ, ਮੈਂ ਬਾਈ ਨੂੰ ਨਹੀਂ ਜਾਣਦਾ, ਮੈਂ ਅੱਜ ਪਹਿਲੀ ਵਾਰੀ ਗੱਲ ਕਰਨ ਲੱਗਿਆ ਉਹਨਾਂ ਨਾਲ। ਬਰਜਿੰਦਰਾ ਕਾਲਜ ਫਰੀਦਕੋਟ, ਮੇਰੇ ਸ਼ਹਿਰ ਤੋਂ ਹੀ ਪੜ੍ਹਿਆ ਵੀਰਾ। ਹੈਲੋ, ਸਤਿ ਸ਼੍ਰੀ ਅਕਾਲ ਵੀਰੇ, ਇਰਮਨ ਗਿੱਲ ਬੋਲਦਾ ਵੀਰੇ ਕੈਨੇਡਾ ਤੋਂ, ਕੀ ਹਾਲ ਆ ਵੀਰੇ? ਬਾਈ ਬਹੁਤ ਜ਼ਿਆਦਾ ਰੋਈ ਜਾਂਦੇ ਯਾਰ, ਅਤੇ ਓਹੋ ਹਾਂਜੀ, ਠੀਕ ਆ ਬਾਈ। ਅਸੀਂ ਦੋ ਤੋਂ ਪਹਿਲਾਂ ਵੀ ਉਹਦਾ ਲਾਈਵ ਕਰਾਇਆ ਸੀਗਾ 2 ਹਫ਼ਤਾ, ਮੈਂ ਜੇ ਤੁਹਾਨੂੰ ਆਪਦੇ ਹੁਣ ਘਰ ਦਾ ਹਾਲਾਤ ਦੱਸਣੇ ਹੋਣ, ਮੇਰੀ ਉਮਰ ਦੇਖ, ਮੇਰੀ ਉਮਰ ਕਿੰਨੀ ਹੈ, ਮੇਰੇ 2 ਬੱਚੇ ਆ, ਕਿਉਂਕਿ ਮੈਂ ਪਹਿਲਾਂ ਮੰਮੀ ਜਦੋਂ ਕੈਂਸਰ ਹੋਇਆ ਸੀਗਾ ਨਾ, ਮੈਂ ਪਹਿਲਾਂ ਮੰਮੀ ਦੇ ਕਰਕੇ ਮੈਰਿਜ ਕਰਾਉਣੀ ਪਈ। ਮੇਰੀ ਛੋਟੀ ਭੈਣ ਹੈ ਹੁਣ ਵਿਆਹ ਕਰਨ ਵਾਲਾ, ਹੁਣ ਸਾਡੇ ਕੋਲ ਕੁਛ ਹੈ ਵੀ ਨਹੀਂ ਗਾ, ਮੈਂ ਵੀ ਦਿਹਾੜੀ ਟੁੱਟੇ ਵਾਲਾ ਕੰਮ ਹੀ ਮੈਂ ਕਰਦਾ, ਹੁਣ ਮੈਂ ਵੀ ਨੀ ਮੰਮੀ ਕੋਲੇ ਜ਼ਿਆਦਾ ਟਾਈਮ ਰਹਿ ਸਕਦਾ। ਸਿਰਫ ਬਈ ਤੂੰ ਤੂੰ ਹੈ ਜਿਵੇਂ ਮੈਨੂੰ ਫੋਨ ਆਇਆ, ਜਿਵੇਂ ਮੈਨੂੰ ਰਿਪਲਾਈ ਕੀਤਾ, ਮਿੰਨਟ ਤੋਂ ਹੋਰ ਵੀ ਬਹੁਤ ਕੁਛ ਦੇਖਿਆ ਵੀ ਕਿਤੇ ਮੈਨੂੰ ਬੈਨ ਫੜ ਲਿਆ ਜਾ। ਚੱਲ ਕੋਈ ਨੀ ਯਾਰ, ਰੋਣਾ ਯਾਰ ਮੇਰਾ ਵੀਰ, ਚੱਲ ਕੋਈ ਨੀ ਬਾਈ, ਤੇਰੀ ਮੰਮੀ ਦਾ ਇਲਾਜ ਕਰਾਵਾਂਗੇ ਆਪਾਂ, ਤੂੰ ਟੈਨਸ਼ਨ ਨਾ ਲੈ, ਮੈਂ ਜਿੰਨੇ ਵੀ ਹੋ ਸਕੇ ਇੱਥੋਂ ਪੈਸੇ ਘੱਲੂੰਗਾ ਵੀਰੇ, ਤੂੰ ਟੈਨਸ਼ਨ ਨਾ ਲੈ, ਕੱਲ੍ਹ ਤਾਂ ਹੀ ਤੇਰੇ ਕੋਲ ਪੈਸੇ ਆ ਜਾਣਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਜੀ? ਹਾਂਜੀ ਹਾਂਜੀ, ਵਧੀਆ ਜੀ ਵਧੀਆ। ਕੋਈ ਨੀ, ਫਿਕਰ ਕਰਨ ਦੀ ਲੋੜ ਨੀ, ਅਸੀਂ ਹੈਗੇ ਹਾਂ, ਤੁਸੀਂ ਟੈਨਸ਼ਨ ਨਾ ਲਓ, ਠੀਕ ਹੈ ਜੀ, ਹੌਸਲਾ ਨਾ ਹਾਰਿਓ। ਨਾ ਜੀ ਨਾ ਨਾ, ਤੁਸੀਂ ਹੌਸਲਾ ਨਾ ਹਾਰੋ, ਤੁਹਾਡਾ ਮੁੰਡਾ ਵੇਖ ਲਓ ਤੁਹਾਨੂੰ ਕਿੰਨਾ ਕਰਦਾ, ਹੈ ਨਾ, ਤੇ ਫਿਕਰ ਨਾ ਕਰੋ ਜਮੀ। ਨਾ ਜੀ ਨਾ, ਕੋਈ ਨੀ, ਪਰਮਾਤਮਾ ਭਲੀ ਕਰੂਗਾ ਜੀ, ਤੁਸੀਂ ਫਿਕਰ ਨਾ ਕਰੋ। ਕੋਈ ਨੀ, ਮੈਂ ਅੱਜ ਮਿਲ ਕੇ ਜਾਊਂਗਾ ਜੀ ਤੁਹਾਨੂੰ, ਜਦੋਂ ਆਇਆ ਮੈਂ ਅਗਲੇ ਸਾਲ ਆਊਂਗਾ ਜੀ। ਹਾਂਜੀ, ਉਦੋਂ ਨੂੰ ਵਧੀਆ, ਤੁਸੀਂ ਤੁਹਾਡੀ ਸਿਹਤ ਵਧੀਆ ਹੋ ਜੂਗੀ, ਸਗੋਂ ਫਿਰ ਆਪਾਂ ਬਵਾਂਗੇ ਇਕੱਠੇ। ਚਟਨੀ ਬਣਾਇਆ ਮੈਨੂੰ ਚਿਬੜਾਂ ਦੀ, ਉਹਦੇ ਮੈਨੂੰ ਜ਼ਿਆਦਾ ਪਸੰਦ ਆ। ਚੰਗਾ ਹਾਂ, ਨਾਲ ਬਣਾ ਦਿਓ ਆਲੂ ਵਾਲੇ ਪਰੌਂਠੇ, ਅਸੀਂ ਦੋਵੇਂ ਭਾਈ ਬਹਿ ਕੇ ਖਾਵਾਂਗੇ। ਆਪਾਂ ਤੈਨੂੰ
ਨਹੀਂ ਨਹੀਂ ਤੁਸੀਂ ਟੈਨਸ਼ਨ ਤਾਂ ਜਮੀ ਨਹੀਂ ਨਾ ਲੈਣੀ, ਤੁਹਾਨੂੰ ਹੋਇਆ ਕੋਈ ਵਧੀਆ ਪਾਇਓ, ਤੁਸੀਂ ਵਧੀਆ ਗੱਲ ਕਰੀ ਮੇਰੇ ਨਾਲ, ਕੁਛ ਨਹੀਂ ਹੋਇਆ ਤੁਹਾਨੂੰ, ਠੀਕ ਆ? ਇਸ ਚੀਜ਼ ਬਾਰੇ ਸੋਚਣਾ ਹੀ ਨਹੀਂ ਵੀ ਆਪਾਂ ਨੂੰ ਕੁਛ ਹੋਇਆ, ਹੌਸਲਾ ਨਾ ਹਾਰਿਓ, ਬਸ ਪੋਜ਼ਿਟਿਵ ਰਹੋ, ਬਸ ਤੁਸੀਂ ਪੋਜ਼ਿਟਿਵ ਰਹੋ, ਚੰਗਾ ਹੀ ਸੋਚਣਾ, ਮਾੜਾ ਤਾਂ ਸੋਚਣਾ ਹੀ। ਬੜਾ ਯਾਰ ਮੈਨੂੰ ਦਿਲੋਂ ਯਾਰ ਮੈਨੂੰ ਐਂ ਹੋਇਆ ਯਾਰ ਵੀ ਯਾਰ ਪੈਸਾ ਬਹੁਤ ਜ਼ਰੂਰੀ ਆ ਲਾਈਫ ਦੇ ਵਿੱਚ, ਅਤੇ ਪਰਮਾਤਮਾ ਨਾ ਕਰੇ ਕਿਸੇ 'ਤੇ ਵੀ ਇੱਦਾਂ ਦਾ ਹੋਵੇ ਕੁਛ, ਹੈ ਨਾ? ਅਤੇ ਮੈਂ ਹੁਣੇ ਪੈਸੇ ਲੈ ਕੇ ਆਇਆ ਸੀ ਕੰਮ ਤੋਂ, ਅਤੇ ਮੈਂ ਬਾਈ ਨੂੰ $500 ਟ੍ਰਾਂਸਫਰ ਕਰਦਾ, ਪਰ ਮੇਰੇ ਕੋਲ ਪੈਸੇ ਹੈ ਨਹੀਂ ਗਏ, ਹੈ ਨਾ? ਮੇਰੇ ਕੋਲ ਇੰਨੇ ਕੀ ਆ, ਮੈਂ $500 ਆ ਮੈਂ ਬਾਈ ਨੂੰ ਟ੍ਰਾਂਸਫਰ ਕਰ ਰਿਹਾ, ਮੈਂ 2000 ਫੜ ਕੇ ਲਿਆਂਦਾ ਸੀਗਾ, ਮੈਂ ਗਾਂ ਮੈਂ ਐਡਵਾਂਸ ਫੜੇ ਹੋਏ ਆ ਪੈਸੇ, ਤਾਂ ਦੇਖੋ ਮੇਰਾ ਅਕਾਊਂਟ ਵੀ ਜ਼ੀਰੋ ਆ, ਮੇਰਾ ਅਕਾਊਂਟ ਜ਼ੀਰੋ ਆ, $16 ਮੇਰਾ ਵਿਆਜ ਚੜਿਆ ਹੋਇਆ, ਅਤੇ $1500 ਮੈਂ ਆਪਦੇ ਖਰਚੇ ਵਾਸਤੇ ਰੱਖਿਆ, ਮੈਂ $500 ਮੇਰਾ ਰੈਂਟ ਆ ਮਹੀਨੇ ਦਾ, ਬਾਕੀ 1000 ਮੈਂ ਆਪਦੇ ਖਰਚੇ ਵਾਸਤੇ ਰੱਖਿਆ, ਕਿਉਂਕਿ ਮਹੀਨੇ 'ਚ ਮੈਨੂੰ ਲੋੜ ਪੈਂਦੀ ਹੈ ਨਾ ਪੈਸਿਆਂ ਦੀ, ਅਤੇ ਜਿਹੜੇ ਆ $500 ਮੈਂ ਬਾਈ ਨੂੰ ਟ੍ਰਾਂਸਫਰ ਕਰਕੇ ਆਉਣਾ ਹੁਣੇ, ਪਰ ਯਾਰ ਬੜਾ ਦਿਲ ਦੁਖਦਾ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਯਾਰ ਵੀ ਜਿਹੜੇ ਭਰੇ ਆ ਜਿਹਨਾਂ ਕੋਲ ਪੈਸੇ ਹੈਗੇ ਉਹਨਾਂ ਕੋਲ ਤਾਂ ਬਹੁਤ ਪੈਸੇ ਹਨ, ਜਿਹਨਾਂ ਕੋਲ ਨਹੀਂ ਹੈਗੇ ਉਹਨਾਂ ਕੋਲ ਹੈ ਨਹੀਂ ਗਏ ਯਾਰ, ਅਤੇ ਇੱਕ ਪੈਸੇ ਨਾ ਹੋਣ ਕਾਰਨ ਕਿਸੇ ਕੁਛ ਨਹੀਂ ਯਾਰ, ਮੈਂ ਕੁਛ ਨਹੀਂ ਕਹਿਣਾ ਤੁਹਾਨੂੰ।